ਨਮਸਕਾਰ, ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡਾ ਦੀਪਕ ਅਤੇ ਪੇਸ਼ ਹਾਂ ਅੱਜ ਦੀਆਂ ਖਬਰਾਂ ਵਿੱਚ। ਅੱਜ ਗੁਰਦਾਸਪੁਰ ਦੇ ਸੀਏ ਸਟਾਫ ਵੱਲੋਂ ਪੁਲਿਸ ਨੇ 50 ਪੇਟੀਆਂ ਨਜਾਇਜ਼ ਅੰਗਰੇਜ਼ੀ ਸ਼ਰਾਬ ਸਹਿਤ ਇੱਕ ਨੂੰ ਕੀਤਾ ਗ੍ਰਿਫਤਾਰ। ਦੱਸ ਦਈਏ ਕਿ ਗੁਰਦਾਸਪੁਰ ਸੀਏ ਸਟਾਫ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਇੱਕ ਵਿਅਕਤੀ ਮੋਹਨ ਲਾਲ ਦੇ ਘਰ ਤੋਂ 50 ਪੇਟੀਆਂ ਨਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ, ਜੋ ਉੱਤਰਾਂਚਲ ਪ੍ਰਦੇਸ਼ ਤੋਂ ਲਿਆ ਕੇ ਗੁਰਦਾਸਪੁਰ ਵਿੱਚ ਵੇਚਦਾ ਸੀ, ਜਿਸ ਦਾ ਇੱਕ ਸਾਥੀ ਵਿਕਰਮ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਨਜਾਇਜ਼ ਸ਼ਰਾਬ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਦੋਨਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਲਾਗੇ ਇੱਕ ਘਰ ਵਿੱਚੋਂ ਨਜਾਇਜ਼ ਸ਼ਰਾਬ ਮਿਲਦੀ ਹੈ। ਜਦੋਂ ਛਾਪੇਮਾਰੀ ਕੀਤੀ ਗਈ ਤਾਂ ਵਿਅਕਤੀ ਮੋਹਨ ਲਾਲ ਦੇ ਘਰ 50 ਪੇਟੀਆਂ ਨਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ, ਜੋ ਉੱਤਰਾਂਚਲ ਪ੍ਰਦੇਸ਼ ਤੋਂ ਲਿਆ ਕੇ ਗੁਰਦਾਸਪੁਰ ਵਿੱਚ ਵੇਚਦਾ ਸੀ, ਜਿਸ ਦਾ ਇੱਕ ਸਾਥੀ ਵਿਕਰਮ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਨਜਾਇਜ਼ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਅਤੇ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਕੇ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਖੋ ਇਨਸਾਫ ਟੀਵੀ 'ਤੇ ਪੂਰੀ ਖਬਰ। ਆਪਣੇ ਘਰ ਵਿੱਚ ਬਾਹਰ ਦੀ ਸ਼ਰਾਬ ਲਿਆ ਕੇ ਪਿੱਛੇ ਦੀ ਉੱਤਰਾਂਚਲ ਤੋਂ ਦੇ ਕੇ ਵੇਚਦਾ। ਜਦੋਂ ਰੇਡ ਕੀਤਾ ਗਿਆ ਇਹਦੇ ਘਰ, ਆਪਣੀ ਲਾਲ ਰੰਗ ਦੀ ਸਵਿਫਟ ਗੱਡੀ ਦੇ ਵਿੱਚੋਂ ਲਾਹ ਰਿਹਾ ਸੀ ਅਤੇ ਇਸ ਨੂੰ ਉੱਥੇ ਕਾਬੂ ਕਰਕੇ ਜਦੋਂ ਪੇਟੀਆਂ ਦੀ ਗਿਣਤੀ ਕੀਤੀ ਗਈ ਅਤੇ 50 ਪੇਟੀਆਂ ਦੇ ਬਰਾਮਦ ਹੋਈਆਂ, ਇਹਦੇ 'ਤੇ FIR ਦਰਜ ਕੀਤੀ ਗਈ ਹੈ ਅਤੇ ਮੁਕੱਦਮਾ ਦਰਜ ਚੁੱਕੀ ਹੈ। ਲੈ ਰਹੇ ਹਾਂ ਇਹਦੇ ਨਾਲ ਇੱਕ ਸਾਥੀ ਹੀ ਜਿਹੜਾ ਵਿਕਰਮ ਉਹ ਮੌਕੇ ਤੋਂ ਫਰਾਰ ਹੋ ਗਿਆ, ਉਹਦੀ ਭਾਲ ਦੇ ਵਿੱਚ ਅਸਰ ਕਰ ਰਹੇ ਹਾਂ ਅਤੇ ਜਦੋਂ ਉਹਦੀ ਗ੍ਰਿਫਤਾਰੀ ਹੋਏਗੀ ਜੈਸੀ ਤੋਂ ਪੀ ਸਕੇ ਜਿਲ੍ਹਾ ਇਹਦੇ ਨਾਲ ਪੁੱਛਗਿੱਛ ਕਰ ਰਹੇ ਹਾਂ ਤਾਂ ਰਿਮਾਂਡ ਲਿਆ ਕੇ ਫਿਰ ਅਗਲੀ ਕਾਰਵਾਈ ਕਰਾਂਗੇ। ਜਿਹੜਾ ਬਿੱਕਾ ਉਹਦੇ 'ਤੇ ਕਾਫੀ ਮੁਕੱਦਮੇ ਦਰਜ ਹੈ, ਇਹਦੇ ਬਾਰੇ ਅਜੇ ਪਤਾ ਕਰਨਾ ਬਾਕੀ ਹੈ।